Welcome back and subscribe to your own YouTube channel, Professor K. Pushpinder Singh, a tutor who learns. Vaheguru Ji Ka Khalsa, Vaheguru Ji Ki Fateh. Welcome back. ਅਤੇ ਅੱਜ ਜਿਹੜੀ ਇਨਫੋਰਮੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਇਨਫੋਰਮੇਸ਼ਨ ਹੈ ਦਿੱਲੀ ਓਲੰਪਿਕ ਗੇਮਸ ਦੇ ਬਾਰੇ। ਇਹ ਓਲੰਪਿਕ ਖੇਡਾਂ ਜਿਹੜੀਆਂ ਨੇ ਨੈਸ਼ਨਲ ਓਲੰਪਿਕ ਖੇਡਾਂ ਹੁੰਦੀਆਂ ਨੇ ਅਤੇ ਉਹਨਾਂ ਨੇ ਆਪਣੇ ਫੇਸਬੁੱਕ ਦੇ ਓਫੀਸ਼ੀਅਲ ਪੇਜ ਦੇ ਉੱਪਰ ਇੱਕ ਪੋਸਟ ਪਾਈ ਸੀ 13 ਜੂਨ ਨੂੰ। ਆਓ ਦੇਖਦੇ ਹਾਂ ਕਿ ਉਹ ਪੋਸਟ ਕੀ ਹੈ। ਉਹਨਾਂ ਨੇ ਪੋਸਟ ਪਾਈ ਸੀ ਦਿੱਲੀ ਓਲੰਪਿਕ ਗੇਮਸ 2021 ਔਰਗਨਾਈਜ਼ ਬਾਏ ਡੈਲੀ ਓਲੰਪਿਕ ਐਸੋਸੀਏਸ਼ਨ ਅਤੇ ਇਹਦੇ ਵਿੱਚ ਇਨਫੋਰਮੇਸ਼ਨ ਵਾਲੀ ਗੱਲ ਕੀ ਹੈ। ਇਹਦੇ ਵਿੱਚ ਜਦੋਂ ਤੁਸੀਂ ਦੇਖੋ ਕਿ 4 ਤਰ੍ਹਾਂ ਦੀਆਂ ਖੇਡਾਂ ਬਾਰੇ ਲਿਖਿਆ ਗਿਆ ਹੈ, ਇੰਡੀਵਿਜੁਅਲ ਸਪੋਰਟਸ, ਟੀਮ ਸਪੋਰਟਸ, ਕੋਂਟੈਕਟ ਸਪੋਰਟਸ ਅਤੇ ਵਾਟਰ ਸਪੋਰਟਸ। ਸਭ ਤੋਂ ਜਿਹੜੀ ਖਾਸ ਖਬਰ ਹੈ, ਖਾਸ ਕਰ ਉਹਨਾਂ ਲੋਕਾਂ ਲਈ ਜਿਹੜੇ ਕਿ ਖੇਡਦੇ ਹਨ ਗੱਤਕਾ ਔਰ ਗੱਤਕਾ ਪ੍ਰੇਮੀ, ਜਿਵੇਂ ਜਿਹਨੂੰ ਕਿ ਸਿੱਖ ਮਾਰਸ਼ਲ ਆਰਟ ਜਾਂ ਰਾਜਪੂਤ ਮਾਰਸ਼ਲ ਆਰਟ ਕਰਕੇ ਵੀ ਜਾਣਿਆ ਜਾਂਦਾ ਹੈ, ਉਸ ਖੇਡ ਦੇ ਜਿਹੜੇ ਖਿਡਾਰੀ ਨੇ ਉਹਨਾਂ ਲਈ ਇਹ ਖਾਸ ਇਨਫੋਰਮੇਸ਼ਨ ਹੈ। ਆਪਾਂ ਦੇਖਦੇ ਹਾਂ ਫੋਟੋ ਨੂੰ ਵੱਡੀ ਕਰਕੇ, ਤਾਂ ਇਹਦੇ ਵਿੱਚ ਜਦੋਂ ਤੁਸੀਂ ਇਸ ਫੋਟੋ ਨੂੰ ਦੇਖਦੇ ਹੋ ਤਾਂ ਕੋਂਟੈਕਟ ਸਪੋਰਟਸ ਦੇ ਵਿੱਚ 13ਵੇਂ ਨੰਬਰ ਦੇ ਉੱਤੇ ਗੱਤਕਾ ਜੋ ਹੈ ਉਸਦਾ ਨਾਮ ਪਾਇਆ ਗਿਆ ਹੈ। ਤਾਂ 2021 ਦੀਆਂ ਜਿਹੜੀਆਂ ਓਲੰਪਿਕ ਗੇਮਸ ਨੇ ਉਹਨਾਂ ਦੇ ਲਈ ਤਿਆਰੀ ਸ਼ੁਰੂ ਹੋ ਗਈ ਹੈ। ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਦਿੱਲੀ ਓਲੰਪਿਕ ਗੇਮਸ ਦਾ ਜਿਹੜੀ ਓਫੀਸ਼ੀਅਲ ਵੈਬਸਾਈਟ ਹੈ ਉਹਦੇ ਵੀ ਲਿੰਕ ਸੈਂਡ ਕਰ ਦੇਵਾਂਗਾ, ਅਤੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਇਸ ਫੇਸਬੁੱਕ ID ਦਾ ਲਿੰਕ ਦੇਖ ਸਕਦੇ ਹੋ ਅਤੇ ਨਾਲ ਹੀ ਤੁਸੀਂ ਲਿੰਕ ਲੈ ਸਕਦੇ ਹੋ ਦਿੱਲੀ ਓਲੰਪਿਕ ਗੇਮਸ ਦਾ। ਦਿੱਲੀ ਓਲੰਪਿਕ ਐਸੋਸੀਏਸ਼ਨ ਦੇ ਲਿੰਕ ਦੇ ਉੱਤੇ ਤੁਸੀਂ ਜਾ ਕੇ ਭਰ ਸਕਦੇ ਹੋ ਆਪਣੀ ਨਾਮਜ਼ਦਗੀ ਅਤੇ ਦੇਖ ਸਕਦੇ ਹੋ ਤੁਹਾਡੀ ਕੁਆਲੀਫਿਕੇਸ਼ਨਸ ਕੀ ਚਾਹੀਦੀਆਂ ਹਨ, ਮੈਚ ਕੁਆਲੀਫਾਈ ਕਿੱਦਾਂ ਹੋਣੇ ਆ, ਤੁਸੀਂ ਅਪਲਾਈ ਕਿੱਦਾਂ ਕਰਨਾ ਆ। ਨੈਕਸਟ ਇਨਫੋਰਮੇਸ਼ਨ ਨਾਲ ਫਿਰ ਮਿਲਾਂਗੇ। ਤਦ ਤੱਕ ਦੇ ਲਈ ਤੁਸੀਂ ਸਬਸਕ੍ਰਾਈਬ ਕਰਵਾਓ ਇਸ ਚੈਨਲ ਨੂੰ, ਫੈਮਿਲੀ ਨੂੰ ਹੋਰ ਵੱਡਾ ਕਰਵਾਓ, ਲਾਈਕ ਕਰੋ, ਕੋਮੈਂਟ ਕਰੋ, ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।